प्यारे बच्चों आओ सॉल्व करिए मैथमेटिक्स का फिफ्थ क्लास का मॉडल टेस्ट पेपर नंबर 2 सबसे पहले हम सी फर्स्ट क्वेश्चन देखਦੇ ਆ ਜਿਹੜਾ ਕਿ एमसीक्यू ਹੈ ਇਹਦੇ ਵਿੱਚ ਨਾ ਇਹਨਾਂ ਬਾਕਸ ਦੇ ਵਿੱਚ ਨੰਬਰਸ ਦਿੱਤੇ 310847 ਤੇ ਬੱਚਿਓ ਇਹਦੀ फर्स्ट ਜਿਹੜਾ ਆਨਸਰ ਹੈ ਨਾ ਉਹ ਵਾਲੇ ਤੇ टिक ਕਰਾਂਗੇ ਅਸੀਂ ਸੈਕਿੰਡ ਕੁਐਸਚਨ ਹੈਗਾ ਕਿ 41023 ਨੂੰ ਯੂਜ਼ ਕਰਕੇ ਤੁਸੀਂ ਸਮਾਲੈਸਟ ਨੰਬਰ ਬਣਾਉਣਾ ਤੇ ਇਹਦੇ ਵਿੱਚ ਬੱਚੇ ਸਭ ਤੋਂ ਪਹਿਲੇ ਛੋਟਾ ਨੰਬਰ ਲਿਖੇਦਾ 1 ਫਿਰ 0 ਫਿਰ 2 ਫਿਰ 3 ਫਿਰ 4 ਸੈਕੰਡ ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਕਿਹਦੀ ਜ਼ਿਆਦਾ ਕੋਸਟ ਹੈ ਤੇ ਬੱਚੇ ਇਹਦੀ ਕੋਸਟ ਹੈਗੀ ਰੈਫਰਿਜਰੇਟਰ ਦੀ ਨੈਕਸਟ ਟੇਬਲ ਦੇ ਵਿੱਚ ਕਹਿੰਦਾ ਕਿ 1000 ਐਡ ਕਰੀ ਜਾਓ ਜਿਵੇਂ 4000 1138 ਹੈ ਇਹਦੇ ਵਿੱਚ ਅਸੀਂ 1000 ਐਡ ਕੀਤੇ ਆ ਗਿਆ 5000 ਹਟਾਵਾਂ ਲਾਜਣਾ 4000 ਐਸਟ੍ਰਿਕ ਦੇ ਨਾਲ ਬੀ ਜਿਹੜਾ ਆ ਆਨਸਰ ਕਰੈਕਟ ਹੈ ਕਿਉਂਕਿ ਉੱਪਰ ਵਾਲਿਆਂ ਦੇ ਵਿੱਚ ਜੇ ਅਸੀਂ 1000 1000 ਜੋੜੀਏ ਤੇ ਉਹਨਾਂ ਦਾ ਜੋੜ ਜਿਹੜਾ ਆ ਉਹ ਬੀ ਵਾਲੇ ਜਿਹੜੀ ਸੀਰੀਜ਼ ਆ ਉਹ ਬਣਦਾ ਹੈ। ਨੈਕਸਟ ਕੁਐਸਚਨ ਵਿੱਚ ਉਹਨੇ ਪੁੱਛਿਆ 7 3 4 ਫਿਰ 40 ਫਿਰ 400 ਤੇ ਫਿਰ 4000 ਇਸ ਕਰਕੇ ਬੀ ਤੇ ਟਿਕ ਕਰਾਂਗੇ। ਤੇ 6th ਕੁਐਸਚਨ ਵਿੱਚ ਉਹਨੇ ਪੁੱਛਿਆ ਹੈ ਕਿ ਉਹ ਕਿਹੜਾ ਜੇ ਕਿਸੇ ਨੰਬਰ ਨੂੰ ਅਸੀਂ 0 ਨਾਲ ਮਲਟੀਪਲਾਈ ਕਰੀਏ ਤੇ ਬੱਚਿਓ ਤੁਹਾਨੂੰ ਪਤਾ ਆ। ਜੇਕਰ ਅਸੀਂ ਕਿਸੇ ਵੀ ਨੰਬਰ ਨੂੰ ਜ਼ੀਰੋ ਨਾਲ ਮਲਟੀਪਲਾਈ ਕਰੀਏ ਤੇ ਅਨਸਰ ਕੀ ਆ ਜਾਂਦਾ ਜ਼ੀਰੋ 7th ਕੁਐਸਚਨ ਹੈਗਾ ਕਿ ਪ੍ਰਾਈਮ ਫੈਕਟਰ 20 ਦੇ ਲਿਖੇ ਹੋਏ ਆ ਤੇ ਉਹਨੇ ਪੁੱਛਿਆ ਹੱਦ ਸੀਐਫ ਕਿਹੜਾ ਆ ਤੇ ਇਹਦੇ ਵਿੱਚ ਕੀ ਕਰੀਦਾ ਹੈ ਕਿ ਅਸੀਂ ਕਾਮਨ ਦੇਖ ਲੈਣਾ ਹੁਣ 20 ਦੇ ਫੈਕਟਰਸ ਲਿਖੇ ਉਹਨਾਂ ਦੇ ਵਿੱਚੋਂ 2 ਹੈ ठा ਵੀ 2 ਕਾਮਨ ਉੱਪਰ 5 ਕਾਮਨ 5 ਕਾਮਨ 2 5 ਦਾ 10 ਇਸ ਤਰ੍ਹਾਂ ਹੀ 8th ਕੁਐਸਚਨ ਦੇ ਵਿੱਚ ਉਹਨੇ 6 ਦੇ ਜਿਹੜੇ ਫੈਕਟਰਸ ਬਣਾਏ ਆ 6 ਬਿੰਦੂ ਲੱਗੇ ਨੇ ਇਸ ਕਰਕੇ ਅਸੀਂ 6th ਤੇ ਟਿਕ ਕਰਾਂਗੇ ਨੈਕਸਟ ਕੁਐਸਚਨ ਦੇ ਵਿੱਚ ਉਹਨੇ ਪੁੱਛਿਆ 1/3 ਤੇ ਬੱਚਿਓ ट्रायंगल ਹੀ ਆ ਜਿਹਦੇ ਟੋਟਲ ਪਾਰਟਸ ਹੈਗੇ 3 ਤੇ 1 ਨੂੰ ਕਲਰ ਕੀਤਾ ਇਸ ਕਰਕੇ ਅਸੀਂ ਲਿਖਾਂਗੇ ਡੀ ਆਪਸ਼ਨ ਜਿਹੜੀ ਉੱਤੇ ਕਲਿੱਕ ਕਰਾਂਗੇ ਤੇ 10th ਕੁਐਸਚਨ ਬਹੁਤ ਇਹਦੇ ਨਾਲ ਰਿਲੇਟਡ ਹੀ ਹੈ ਇਹਦੇ ਵਿੱਚ 1/3 ਜਿਹੜਾ ਉਹ ਆਨਸਰ ਆ ਜਾਏਗਾ 1 ਦੇ ਵਿੱਚ ਕਲਰ ਹੈ 3 ਟੋਟਲ ਹੈ 11th ਕੁਐਸਚਨ ਦੇ ਵਿੱਚ ਉਹਨੇ ਪੁੱਛਿਆ ਆ ਕਿ ਉਹ ਕਿਹੜਾ ਨੰਬਰ ਹੈ ਜਿਹਦੇ ਵਿੱਚ 8 ਜਿਹੜਾ ਉਹ 10th ਪਲੇਸ ਤੇ ਆਇਆ ਤੇ ਆ ਜੇਗਾ ਤੁਹਾਡਾ ਬੀ ਇਸ ਤਰ੍ਹਾਂ ਹੀ 12 ਕੁਐਸਚਨ ਦੇ ਵਿੱਚ ਹੈ ਨਾ ਤੁਸੀਂ ਨੋਟਾਂ ਨੂੰ ਨੋਟਾਂ ਦੇ ਉੱਪਰ ਜੋ ਵੀ ਨੰਬਰ ਲਿਖਿਆ ਆ ਉਹਨੂੰ ਤੁਸੀਂ ਸਾਰਿਆਂ ਨੂੰ ਪਲੱਸ ਕਰਨਾ ਜਦੋਂ ਅਸੀਂ ਪਲੱਸ ਕਰਾਂਗੇ ਨਾ ਤੇ ਇਹ ਸਾਡੇ ਕੋਲ ਆ ਜਾਣਗੇ 5 500 ਦੇ ਤਿੰਨ ਨੋਟ 1500 ਤੇ 1 50 ਰੁਪਈਆ ਦਾ ਟੋਟਲ ਕਿੰਨੇ ਹੋਗੇ 1550 ਰੁਪਏ 13th ਕੁਐਸਚਨ ਦੇ ਵਿੱਚ ਉਹਨੇ ਪੁੱਛਿਆ ਇਸ ਤਰ੍ਹਾਂ ਹੀ ਇਹ ਨੋਟ ਦਿੱਤੇ ਹੋਏ ਇਹਨਾਂ ਦੇ ਉੱਪਰੋਂ ਤੁਸੀਂ ਅਮਾਉਂਟ ਜਿਹੜੀ ਆ ਉਹਨੂੰ ਪਲੱਸ ਕਰਨਾ ਆ ਤੇ ਪਲੱਸ ਕਰਕੇ ਦੱਸਣਾ ਵਾ ਕਿ ਕਿਹੜੀ ਅਮਾਉਂਟ ਆਏਗੀ ਇਹਨੂੰ ਤੁਸੀਂ ਖੁਦ ਪਲੱਸ ਕਰਕੇ ਚੈੱਕ ਕਰਕੇ ਦੇਖਿਓ ਇਹਦੀ ਅਮਾਉਂਟ ਬਣਦੀ ਹੈ 2000 ਦਾ ਇੱਕ ਨੋਟ ਹੈ ਇੱਕ 500 ਦਾ ਇੱਕ 20 ਦਾ ਇਹ ਹੋ ਗਿਆ 2520 ਉਸ ਤੋਂ ਬਾਅਦ 2 ਰੁਪੀਜ਼ ਐਂਡ 50 ਪੈਸੇ 14th ਕੁਐਸਚਨ ਹੈਗਾ ਕਿ ਵੈਜੀਟੇਬਲ ਸੈਲਰ ਜਿਹੜਾ ਉਹ ਕਿਹੜੀ ਯੂਨਿਟ ਯੂਜ਼ ਕਰਦਾ ਤੇ ਇਹਦੇ ਵਿੱਚ ਆਣਾ ਸੀਗਾ ਜੇ ਤਾਂ ਵੱਡੀ ਯੂਨਿਟ ਯੂਜ਼ ਕਰੇ ਕਿਲੋਗ੍ਰਾਮ ਵੀ ਕਰ ਲੈਂਦਾ ਤੇ ਛੋਟੀ ਜੇ ਯੂਜ਼ ਕਰੇ ਤੇ ਗ੍ਰਾਮ ਵੀ ਯੂਜ਼ ਕਰ ਦਿੰਦਾ ਐਸੇ ਤਰ੍ਹਾਂ ਹੀ ਨੈਕਸਟ ਵਿੱਚ ਉਹਨੇ ਪੁੱਛਿਆ ਕਿ 1 ਕਿਲੋ 7 700 ਗ੍ਰਾਮਸ ਤੇ ਇਹ ਵਾਲਾ ਇਹ ਵਾਲਾ ਬਣੇਗਾ 1 ਕਿਜੀ 500 ਤੇ 200 ਗ੍ਰਾਮਸ ਨੂੰ ਐਡ ਕੀਤਾ ਇਹ ਜਿਹੜੀ ਤੱਕੜੀ ਆ ਬੱਚਿਓ ਤੱਕੜੀ ਨੂੰ ਅਸੀਂ ਕਿਸ ਪਰਪਸ ਲਈ ਯੂਜ਼ ਕਰਦੇ ਆ ਟੂ ਮੈਜ਼ਰ ਦਾ weight 17th ਕੁਐਸਚਨ ਦੇਖੋ ਕਿਹੜਾ ਐਂਗਲ ਬਣ ਰਿਹਾ ਅਕੂਟ ਐਂਗਲ 18th ਕੁਐਸਚਨ ਹੈਗਾ ਇਹਦੇ ਵਿੱਚ ਤੁਸੀਂ ਜਿਹੜੀ ਟ੍ਰਾਇੰਗਲ ਹੈ ਨਾ ਇਹਦੇ ਐਂਗਲਸ ਨੂੰ ਲਿਖ ਕੇ ਦੇਖਣਾ ਹੈ ਇਹਨਾਂ ਨੂੰ ਅਸੀਂ ਤਿੰਨੋਂ ਤਰੀਕਿਆਂ ਨਾਲ ਲਿਖ ਸਕਦੇ ਹਾਂ ਏ ਬੀ ਸੀ ਵੱਖਰਾ ਵੱਖਰਾ ਤੇ ਫਿਰ ਹਰੇਕ ਐਂਗਲ ਦਾ ਨਾਮ 19th ਕੁਐਸਚਨ ਦੇ ਵਿੱਚ ਇਹਦੇ ਵਿੱਚ ਉਹਨੇ ਬੱਚੋ ਦੋ ਵਾਰ ਲੈਂਥ ਦਿੱਤੀ ਦੋ ਵਾਰ ਬ੍ਰੈਥ ਦਿੱਤੀ ਇਸ ਕਰਕੇ ਅਸੀਂ 2 ਕਾਮਨ ਲੈ ਲਾਂਗੇ 2 ਲੈਂਥ ਪਲੱਸ ਬ੍ਰੈਥ ਨੈਕਸਟ ਕਾਲਮ ਦੇ ਵਿੱਚ ਉਹਨੇ ਦੇਖੋ ਜਿਹੜੇ ਸ਼ੈਡੇਡ ਜਿਹੜੇ ਬਾਕਸ ਹੈ ਇਹਨਾਂ ਨੂੰ ਕਾਊਂਟ ਕਰ ਲੋ ਇਹ ਟੋਟਲ ਬਣਦੇ 7 ਤੇ ਦੋਨੋਂ ਪਾਸਿਆਂ ਨੂੰ ਇਹਦਾ ਏਰੀਆ 11 ਹੈ 71 ਦਾ 7 ਤੇ ਇਹਦਾ ਆਨਸਰ ਆ ਜਾਏਗਾ 7 ਸਕੇਅਰ ਸੈਂਟੀਮੀਟਰਸ ਨੈਕਸਟ ਹੈਗੇ ਆ 5 ਮਾਰਕਸ ਦੇ ਆਈਟਸ ਕੁਸਚਨ 5 ਫਿਲਪਸ ਦਿੱਤੀਆਂ ਹੋਈਆਂ ਪਹਿਲੇ ਦੇ ਵਿੱਚ ਆਉਣਾ 2 ਲੈਂਥ ਪਲੱਸ ਬ੍ਰੈਡਥ ਦੂਸਰੇ ਚਾਹ ਜਨਾ ਪੈਰੀਮੀਟਰ ਆਫ ਦਾ ਸਕੁਅਰ ਹੁੰਦਾ 4 ਇੰਟੂ ਸਾਈਡ ਸੀ ਹੈਗਾ ਕਿ ক্লোਜ਼ਡ ਫਿਗਰ ਹੋਵੇ ਤੇ ਅਸੀਂ ਉਹਦੇ ਸਾਰੇ ਜਿਹੜੀਆਂ ਸਾਈਡਸ ਹਨਾ ਨੂੰ ਸਮ ਕਰਦੀਦਾ ਪਲੱਸ ਕਰਦੀਦਾ ਡੀ ਦੇ ਵਿੱਚ ਏਰੀਆ ਆਫ ਰੈਕਟੈਂਗਲ ਤੁਹਾਨੂੰ ਪਤਾ ਹੀ ਆ ਲੈਂਥ ਮਲਟੀਪਲਾਈ breadth اس طرح ਕੇ ਨਾਲ ਅਸੀਂ ਫਿਲ ਕਰਾਂਗੇ ਤੇ لاسٹ ਸੀ ਗਈ 100 اسکوئر سینٹی میٹر ਇਕੁਅਲ ਟੂ 1 اسکوئر میٹر ਐਸੇ ਤਰ੍ਹਾਂ ਇਟਿਕਸ ਹੈ ਗਿਆ ਮੈਜ਼ਰਮੈਂਟ ਆਫ ਰਾਈਟ ਐਂਗਲ ਇਜ਼ 90 ਸਹੀ ਹੈ ਰਾਈਟ ਐਂਗਲ ਇਜ਼ ਗ੍ਰੇਟਰ ਦੈਨ ਅਕੂਟ ਐਂਗਲ ਇਹ ਵੀ ਸਹੀ ਹੈ ਤੇ ਹੁੰਦਾ ਇੰਟਰਨਲ ਐਂਡ ਇਕਸਟਰਨਲ ਸਕੇਲ ਆਫ ਪ੍ਰੋਟੈਕਟਰ ਮੈਜ਼ਰਮੈਂਟ ਰਿਟਨ ਅਪ ਟੂ 90 ਨਹੀਂ ਵਨ ਯੂਨਿਟ ਲਈ ਕਿਹ ਹੁੰਦਾ ਐਸੇ ਤਰ੍ਹਾਂ ਹੀ ਬਟਿਓਸ ਐਂਗਲ ਵਾਲਾ ਤੇ 90 ਵਾਲਾ ਜਿਹੜੇ ਉਹਸ கரੈਕਟ ਹੈ ਤੇ 90 ਵਾਲਾ ਇਨਕਰੈਕਟਾ 23ਵਾਂ ਕੁਸਚਨ ਦੇ ਵਿੱਚ ਉਹਨੇ ਕਿਹਾ ਇਹਨਾਂ ਨੂੰ ਤੁਸੀਂ ਉਹਨੇ ਇੰਗਲਿਸ਼ ਵਿੱਚ ਦਿੱਤਾ ਹੋਇਆ ਵਰਡਸ ਵਿੱਚ ਤੁਸੀਂ ਮੈਥਮੈਟਿਕਸ ਵਿੱਚ ਲਿਖਣਾ ਹੈ ਇਸ ਤਰੀਕੇ ਨਾਲ ਲਿਖ ਲੈਣਾ ਵਾਲੇ ਸਾਮਸ ਜਿੱਥੇ ਪਲੱਸ ਕਰਨਾ ਵਾ ਮੋਰ ਦਾ ਹੈ ਨਾ ਉੱਥੇ ਪਲੱਸ ਕਰ ਦੇਣਾ ਜਿੱਥੇ ਲੈਸ ਦਾ ਨਾ ਉਥੇ ਮਾਈਨਸ ਕਰ ਦੇਣਾ 25ਵਾਂ ਕੁਸਚਨ ਦੇ ਵਿੱਚ ਅਸੀਂ 1/2 ਫ੍ਰੈਕਸ਼ਨ ਬਣਾਉਣਾ ਤੇ ਅਸੀਂ ਕਿੰਨੀਆਂ ਡਾਟਸ ਨੂੰ ਕਲਰਡ ਕਰਾਂਗੇ 6 ਨੂੰ ਦੂਸਰੇ ਚ 1/3 ਬਣਾਉਣਾ ਤੇ ਅਸੀਂ 4 ਡਾਟਸ ਨੂੰ ਕਲਰਡ ਕਰਾਂਗੇ ਇਸ ਤਰੀਕੇ ਨਾਲ ਹੀ ਬਣੇਗਾ 26th ਕੁਐਸਚਨ ਜਿਹੜਾ ਹੈ ਤੁਸੀਂ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਐਂਗਲਸ ਡਰਾ ਕਰਨੇ ਪ੍ਰੋਟੈਕਟਰ ਨੂੰ ਯੂਜ਼ ਕਰਕੇ ਜਾਂ ਤੇ ਇਹ ਕੁਐਸਚਨ ਕਰ ਲਓ ਜਾਂ ਫਿਰ ਉੱਪਰ ਵਾਲਾ ਕੁਐਸਚਨ ਕਰ ਲਓ ਤੇ ਜਿਹੜਾ 27th ਕੁਐਸਚਨ ਹੈ ਨਾ ਇਹਦੇ ਵਿੱਚ ਉਹਨੇ ਪੁੱਛਿਆ ਆ ਕਿ ਇਹ ਫਿਗਰਸ ਬਣੀਆਂ ਵਾ ਇਹ ਚ ਉਹਨੇ ਪੁੱਛਿਆ ਤੁਸੀਂ ਨਾ ਵੱਟਿਆਂ ਦੇ ਹਿਸਾਬ ਨਾਲ ਦੇਖ ਲੈਣਾ ਕਿ ਕਿੰਨੇ ਕਿਲੋ ਹੈ ਤੇ ਕਿੰਨੇ ਗ੍ਰਾਮਸ ਹੈ ਤੇ ਫਿਰ ਉਹਨੂੰ ਪਲਸ ਟੋਟਲ ਲਿਖਣਾ ਵਾ ਕਿ ਕਿੰਨੇ ਕਿੰਨੇ ਕਿਲੋਗ੍ਰਾਮਸ ਬਣਦਾ ਆ ਉਹਨੂੰ ਡੈਸੀਮਲ ਦੇ ਵਿੱਚ ਲਿਖਣਾ ਆ ਇਹਦਾ ਇਹਦੇ ਵਿੱਚ ਔਰ ਹੈਗਾ ਕਿ ਅਨੀਤਾ ਨੇ ਇੰਨੇ ਸੈਂਟੀਮੀਟਰ ਕਪੜਾ ਲਿਆਂਦਾ ਉਹਦੇ ਵਿੱਚੋਂ ਇੰਨਾ ਉਹਨੇ ਸੂਟ ਬਣਾ ਲਿਆ ਤੇ ਤੁਸੀਂ ਦੱਸਣਾ ਕਿ ਉਹਦੇ ਕੋਲ ਬਾਕੀ ਕਿੰਨਾ ਰਹਿ ਗਿਆ ਤੇ ਬੱਚਿਓ ਇਸ ਤਰੀਕੇ ਦੇ ਨਾਲ ਤੁਸੀਂ ਇਹ ਸਾਰਾ ਪੇਪਰ अटेम्प्ट ਕਰਨਾ ਹੈ ਬਿਲਕੁਲ ਨੀਟ ਐਂਡ ਕਲੀਨ ਕਿਉਂਕਿ 28th ਨੰਬਰ ਤੇ ਉਹਨੇ ਲਿਖਿਆ ਨੀਟ ਐਂਡ ਕਲੀਨ ਹੈਂਡਰਾਈਟਿੰਗ ਗਾਟ 5 ਮਾਰਕਸ ਥੈਂਕਸ